ਜਗਤ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਮਾਤਾ ਸੁਲੱਖਣੀ ਜੀ ਦੇ ਵਿਆਹ ਪਰਵ ਹਰ ਸਾਲ ਦੀ ਤਰ੍ਹਾਂ ਬਟਾਲਾ ਦੀ ਧਰਤੀ 'ਤੇ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ। ਵਿਆਹ ਪੁਰਬ ਦੇ ਸਮਾਗਮ ਸ਼ੁਰੂ ਹੋ ਚੁੱਕੇ ਹਨ, ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਸੰਗਤਾਂ ਦੂਰ ਦੁਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚ ਰਹੀਆਂ ਹਨ। ਤਾਂ ਜੇ ਗੱਲ ਕੀਤੀ ਜਾਵੇ ਇਹਨਾਂ ਸੰਗਤਾਂ ਦੇ ਲਈ ਜਿਹੜੇ ਪ੍ਰਬੰਧ ਨੇ, ਚਾਹੇ ਉਹ ਗੁਰਦੁਆਰਾ ਕਮੇਟੀਆਂ ਵੱਲੋਂ ਹੋਣ ਜਾਂ ਫਿਰ ਬਟਾਲਾ ਦੀ ਸੰਗਤ ਵੱਲੋਂ ਹੋਣ, ਪੁਖਤਾ ਤਰ੍ਹਾਂ ਕੀਤੇ ਜਾਂਦੇ ਹਨ ਤਾਂ ਕਿ ਇਸ ਵਿਆਹ ਸਮਾਗਮ 'ਚ ਪਹੁੰਚਣ ਵਾਲੀਆਂ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਜੇ ਗੱਲ ਕੀਤੀ ਜਾਵੇ ਸੰਗਤਾਂ ਦੇ ਰਹਿਣ ਸਹਿਣ ਦੀ ਜਾਂ ਫਿਰ ਖਾਣ ਪੀਣ ਦੀ, ਤਾਂ ਲੰਗਰ ਜਿਹੜੇ ਨੇ ਹਰ ਜਗ੍ਹਾ 'ਤੇ ਲਗਾਏ ਜਾਂਦੇ ਹਨ ਸੰਗਤਾਂ ਦੇ ਵੱਲੋਂ। ਗੁਰਦੁਆਰਾ ਸਾਹਿਬ ਦੇ ਅੰਦਰ ਵੀ ਲੰਗਰ ਚੱਲਦੇ ਹਨ, ਪਰ ਬਟਾਲਾ ਦੀਆਂ ਸੰਗਤਾਂ ਵੱਲੋਂ ਵੀ ਲੰਗਰ ਜਗ੍ਹਾ ਜਗ੍ਹਾ 'ਤੇ ਲਗਾਏ ਜਾਂਦੇ ਹਨ। ਪਰ ਅੱਜ ਜਿਹੜੇ ਲੰਗਰ ਦੀ ਅਸੀਂ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਇਹ ਲੰਗਰ ਚੱਲ ਰਿਹਾ ਹੈ ਬਟਾਲਾ ਦੇ ਜਲੰਧਰ ਰੋਡ ਦੇ ਉੱਤੇ ਸੰਗਤਾਂ ਦੇ ਵੱਲੋਂ। ਸੰਗਤਾਂ ਦੇ ਲਈ ਲੰਗਰ ਲਗਾਇਆ ਗਿਆ ਹੈ, ਪਰ ਇਹ ਲੰਗਰ ਸਾਰਾ ਆਧੁਨਿਕ ਮਸ਼ੀਨਾਂ ਦੇ ਨਾਲ ਤਿਆਰ ਕੀਤਾ ਜਾ ਰਿਹਾ। ਸ਼ੁਰੂਆਤ ਤੁਹਾਨੂੰ ਮੈਂ ਦਿਖਾ ਦਿਆਂ ਕਿ ਸਰਦਾਈ ਘੁੱਟੀ ਜਾ ਰਹੀ ਹੈ, ਸਰਦਾਈ ਘੁੱਟਣ ਵਾਸਤੇ ਵੀ ਇੱਥੇ ਮਸ਼ੀਨ ਲੱਗੀ ਹੋਈ ਹੈ। ਮਸ਼ੀਨ ਦੇ ਜ਼ਰੀਏ ਹੀ ਇਹ ਸਰਦਾਈ ਸੰਗਤਾਂ ਦੇ ਲਈ ਇੱਥੇ ਤਿਆਰ ਕੀਤੀ ਜਾ ਰਹੀ ਹੈ। ਅਤੇ ਜੇ ਦੂਸਰੀਆਂ ਮਸ਼ੀਨਾਂ ਦੀ ਮੈਂ ਗੱਲ ਕਰਾਂ ਤਾਂ ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗਾ ਕਿ ਇਸ ਲੰਗਰ ਦੇ ਵਿੱਚ ਜਿੱਥੇ ਆਟਾ ਗੁੰਨਣ ਵਾਸਤੇ ਮਸ਼ੀਨ ਲੱਗੀ ਹੋਈ ਹੈ, ਪੇੜੇ ਤਿਆਰ ਕਰਨ ਵਾਸਤੇ ਮਸ਼ੀਨ ਲੱਗੀ ਹੋਈ ਹੈ, ਪ੍ਰਸ਼ਾਦੇ ਤਿਆਰ ਕਰਨ ਵਾਸਤੇ ਮਸ਼ੀਨ ਲੱਗੀ ਹੋਈ ਹੈ, ਕਿਉਂਕਿ ਜ਼ਿਆਦਾਤਰ ਲੰਗਰ ਦੇ ਵਿੱਚ ਜੇ ਦਾਲ ਦੀ ਗੱਲ ਕੀਤੀ ਜਾਵੇ ਜਾਂ ਫਿਰ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੱਡੇ ਵੱਡੇ ਦੇਗਚਿਆਂ 'ਚ, ਵੱਡੇ ਵੱਡੇ ਕੜਾਹਾਂ 'ਚ ਪਹਿਲਾਂ ਹੀ ਇਕੱਠੀ ਹੀ ਤਿਆਰ ਕਰ ਲਈ ਜਾਂਦੀ ਹੈ। ਲੇਕਿਨ ਜਦੋਂ ਕਿਤੇ ਰੁਕਾਵਟ ਆਉਂਦੀ ਹੈ ਲੰਗਰ ਵਰਤਾਉਂਦੇ ਸਮੇਂ, ਤਾਂ ਪ੍ਰਸ਼ਾਦਿਆਂ ਨੂੰ ਲੈ ਕੇ ਆਉਂਦੀ ਹੈ। ਅਤੇ ਉਹਦੇ ਲਈ ਅੱਜ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੰਗਤਾਂ ਦੇ ਵੱਲੋਂ ਆਧੁਨਿਕ ਮਸ਼ੀਨਾਂ ਲਗਾ ਕੇ ਇਹ ਪ੍ਰਸ਼ਾਦੇ, ਪਹਿਲਾਂ ਆਟਾ ਗੁੰਨਣ ਵਾਲੀ ਮਸ਼ੀਨ ਲੱਗੀ ਹੋਈ ਹੈ, ਉਸ ਤੋਂ ਬਾਅਦ ਪੇੜੇ ਤਿਆਰ ਕੀਤੇ ਜਾਂਦੇ ਹਨ, ਫਿਰ ਉਹ ਵੀ ਮਸ਼ੀਨ ਦੇ ਜ਼ਰੀਏ ਤਿਆਰ ਕੀਤੇ ਜਾਂਦੇ ਹਨ, ਅਤੇ ਇੱਥੇ ਫਿਰ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਹਨ। ਆਧੁਨਿਕ ਮਸ਼ੀਨਾਂ ਦੇ ਨਾਲ ਸੰਗਤਾਂ ਦੇ ਵੱਲੋਂ ਹੀ ਸੰਗਤਾਂ ਦੇ ਲਈ ਇਹ ਲੰਗਰ ਇੱਥੇ ਤਿਆਰ ਕੀਤਾ ਜਾ ਰਿਹਾ। ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਵੀਰ ਜੀ ਕੀ ਕਹੋਗੇ, ਆਧੁਨਿਕ ਮਸ਼ੀਨਾਂ ਦੇ ਨਾਲ ਹੀ ਲੰਗਰ ਤਿਆਰ ਕੀਤਾ ਜਾ ਰਿਹਾ, ਜਦਕਿ ਪਹਿਲਾਂ ਹੱਥਾਂ ਦੇ ਨਾਲ ਪ੍ਰਸ਼ਾਦੇ ਪਕਾਉਣੇ ਪੈਂਦੇ ਸੀ, ਲੋਹਾਂ ਦੇ ਅੱਗੇ ਬਹਿਣਾ ਪੈਂਦਾ ਸੀ, ਅੱਗ ਦੇ ਅੱਗੇ ਬਹਿਣਾ ਪੈਂਦਾ ਸੀ, ਹੈ ਨਾ। ਪਰ ਇਹ ਲੰਗਰ ਵੱਖਰੀ ਤਰੀਕੇ ਨਾਲ ਤੁਸੀਂ ਇੱਥੇ ਤਿਆਰ ਕਰ ਰਹੇ। ਹਾਂਜੀ, ਜਿਵੇਂ ਕਿ ਵੀਰ ਜੀ 2002 ਵਿੱਚ ਲੰਗਰ ਦੀ ਸ਼ੁਰੂਆਤ ਹੋਈ ਸੀ, ਅਤੇ ਥੋੜ੍ਹੇ ਟਾਈਮ ਦੇ ਨਾਲ ਪਹਿਲਾਂ ਛੋਟੇ ਪੱਧਰ 'ਤੇ ਹੁੰਦਾ ਸੀਗਾ ਲੰਗਰ ਜਦੋਂ ਸਟਾਰਟਿੰਗ ਹੋਈ ਲੰਗਰ ਦੀ, ਹੁਣ ਥੋੜ੍ਹਾ ਟਾਈਮ ਪਾ ਕੇ ਵੱਡੇ ਪੱਧਰ 'ਤੇ ਲੰਗਰ ਸਾਡਾ ਮੌਜੂਦ ਆ, ਅਤੇ ਇਹਦੇ ਲਈ ਮਸ਼ੀਨਾਂ ਫਿਰ ਆਉਣੀਆਂ ਜ਼ਰੂਰੀ ਸੀ, ਕਿਉਂਕਿ ਕੁਛ ਗਰਮੀ ਵੀ ਲਗਾ ਲਓ, ਗਰਮੀ ਵੀ ਬਹੁਤ ਹੈ, ਅਤੇ ਕੁਛ ਲੰਗਰ ਵੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਵੱਡੇ ਪੱਧਰ 'ਤੇ ਚੱਲ ਰਿਹਾ, ਅਤੇ ਇਸ ਲਈ ਆਪਾਂ ਇਹ ਮਸ਼ੀਨਾਂ ਦਾ ਸੋਚਿਆ। ਦੂਰ ਦੁਰਾਡੇ ਤੋਂ ਲੱਖਾਂ 'ਚ ਤਜਾਦ ਹੁੰਦੀ ਹੈ। ਹਾਂਜੀ ਬਿਲਕੁਲ, ਮਹਾਰਾਜ ਦੀ ਕਿਰਪਾ ਹੀ ਇੰਨੀ ਹੈ ਕਿ ਸੰਗਤਾਂ ਵੀ ਦੂਰੋਂ ਦੂਰੋਂ ਆਉਂਦੀਆਂ, ਅਤੇ ਫਿਰ ਸੰਗਤਾਂ ਦੇ ਲਈ ਤਿਆਰ ਕਰਨਾ ਥੋੜ੍ਹਾ ਪਹਿਲਾਂ ਮੁਸ਼ਕਿਲ ਹੁੰਦਾ ਸੀ, ਫਿਰ ਹੁਣ ਆਟਾ ਗੁੰਨਣ ਤੋਂ ਲੈ ਕੇ ਰੋਟੀਆਂ ਪਕਾਉਣ ਦੀ ਅਤੇ ਸ਼ਰਦਾਈ ਦੀ ਸਾਰੀਆਂ ਮਸ਼ੀਨਾਂ ਸਾਡੇ ਕੋਲ ਆਈਆਂ ਨੇ। ਇਹ ਮਸ਼ੀਨਾਂ ਦਾ ਪ੍ਰਬੰਧ ਕਿੱਦਾਂ ਕੀਤਾ ਗਿਆ ਵਾ, ਇਹ ਕਿਰਾਏ 'ਤੇ ਲਿਆਂਦੀਆਂ ਗਈਆਂ ਜਾਂ ਫਿਰ ਸੰਗਤਾਂ ਵੱਲੋਂ ਆਪਣੀਆਂ ਖਰੀਦੀਆਂ ਗਈਆਂ? ਹਾਂਜੀ ਨਹੀਂ ਵੀਰ ਜੀ, ਇਹ ਆਪਣੀਆਂ ਮਸ਼ੀਨਾਂ ਖਰੀਦੀਆਂ ਗਈਆਂ ਸਾਰੀਆਂ, ਆਟਾ ਗੁੰਨਣ ਤੋਂ ਲੈ ਕੇ ਅਤੇ ਸ਼ਰਦਾਈ ਤੱਕ ਰੋਟੀਆਂ ਵਾਲੀ ਸਾਰੀਆਂ ਮਸ਼ੀਨਾਂ ਆਪਣੀਆਂ, ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਵੱਡੇ ਪੱਧਰ 'ਤੇ ਹੋਣ ਕਰਕੇ ਪਹਿਲਾਂ ਮੁਸ਼ਕਿਲ ਆਉਂਦੀ ਸੀ, ਉਹਦੇ ਕਰਕੇ ਇਹ ਮਸ਼ੀਨਾਂ ਹੀ ਆਪਣੀਆਂ ਮਤਲਬ ਅਸੀਂ ਬਾਏ ਕੀਤੀਆਂ, ਅਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਸਾਰਾ ਇਹਨਾਂ 'ਤੇ ਕਰਕੇ ਲੰਗਰ ਚੱਲ ਰਿਹਾ ਆਪਣਾ। ਜੀ ਬਿਲਕੁਲ, ਆਪਣੀਆਂ ਹੀ ਮਸ਼ੀਨਾਂ ਖਰੀਦੀਆਂ ਗਈਆਂ ਨੇ ਭਾਅ ਜੀ, ਬਜਟ 'ਤੇ ਬੜਾ ਵੱਡਾ ਹੁੰਦਾ ਹੋਵੇਗਾ, ਮਤਲਬ ਇਹ ਕੋਈ ਹਜ਼ਾਰਾਂ 'ਚ ਨਹੀਂ ਆਉਂਦੀਆਂ ਹੋਣੀਆਂ ਮਿਲ? ਬਿਲਕੁਲ ਭਾਅ ਜੀ 7 ਤੋਂ 10 ਲੱਖ ਤੱਕ ਖਰਚਾ ਹੋ ਗਿਆ ਇਹਨਾਂ ਦਾ ਆਪਣੇ ਲੈਣ 'ਤੇ, ਆਪ ਹੀ ਰੈਂਟ 'ਤੇ ਨਹੀਂ ਲਈ ਆਪਾਂ ਬਿਲਕੁਲ। ਇਹ ਵੀ ਹਜੇ ਕੱਲ੍ਹ ਹੀ ਡਿਲੀਵਰੀ ਹੋਈ ਇਹਦੀ, ਅਤੇ ਕਾਫੀ ਵਧੀਆ ਰਿਜ਼ਲਟ ਇਹਦਾ ਆਪਣੇ ਕੋਲ, ਸਹੀ ਬਣਾ ਰਹੀ ਆ, ਘੱਟੋ ਘੱਟ ਮਤਲਬ ਕਿ ਘੰਟੇ 'ਚ ਕਾਫੀ ਜ਼ਮ ਕਰ ਦਿੰਦੀ ਆ, ਕਿਉਂਕਿ 4 ਗੈਸਾਂ ਲੱਗੀਆਂ, 5 ਗੈਸਾਂ ਵਾ ਇਹਦੀਆਂ, ਅਤੇ ਵਧੀਆ ਟੈਂਪਰੇਚਰ ਵੀ ਆਪਾਂ ਕੂਲ ਕਰ ਸਕਦੇ ਹਾਂ ਇਹਦੇ ਵਿੱਚ, ਕਾਫੀ ਫੈਸਿਲਿਟੀ ਦਿੱਤੀਆਂ ਨੇ, ਸੇਫਟੀ ਕਾਫੀ ਕਰਦੇ ਹਾਂ। 1000 ਰੋਟੀ ਤਿਆਰ ਕਰ ਦਿੰਦੀ ਹੈ ਇੱਕ ਘੰਟੇ ਵਿੱਚ ਮਸ਼ੀਨ, 800 ਤੋਂ 1000 ਰੋਟੀ ਤਿਆਰ ਕਰ ਦਿੰਦੀ ਹੈ। ਕਈ ਵਾਰੀ ਨਾ ਦੇਖਿਆ ਜਦੋਂ ਲੰਗਰ ਚੱਲਦੇ ਹੁੰਦੇ ਆ ਨਾ, ਉੱਥੇ ਦਾਲੇ ਅਤੇ ਸਬਜ਼ੀਆਂ ਅਤੇ ਜਿੱਦਾਂ ਭਾਜਾ ਹੋ ਗਿਆ ਉਹ ਪਹਿਲਾਂ ਹੀ ਤਿਆਰ ਕੀਤਾ ਹੁੰਦਾ ਇਕੱਠਾ, ਨਾ ਰੁਕਾਵਟ ਕਈ ਵਾਰੀ ਆ ਜਾਂਦੀ ਪ੍ਰਸ਼ਾਦਿਆਂ ਨੂੰ ਲੈ ਕੇ। ਹਾਂਜੀ ਹਾਂਜੀ, ਪ੍ਰਸ਼ਾਦਿਆਂ ਨੂੰ ਲੈ ਕੇ ਉਹੀ ਗੱਲੋਂ ਆਪਾਂ ਵੀ ਆਪਾਂ ਮਸ਼ੀਨ ਹੀ ਕਰਾ ਲਈ ਹੈ, ਕਿਉਂਕਿ ਲੋਹ ਤਾਂ ਤੁਹਾਨੂੰ ਪਤਾ ਕਦੀ ਕਦੀ ਬਰਸਾਤ ਆ ਜਾਂਦੀ ਆ, ਤਾਂ ਉਹਦਾ ਕਰਕੇ ਫਿਰ ਆਪਾਂ ਲੋਹਾਂ ਬੰਦ ਕਰਨੀਆਂ ਪੈਂਦੀਆਂ, ਇਹ ਆਪਾਂ ਢੱਕ ਸਕਦੇ ਹਾਂ ਉੱਪਰ
ਸ਼ੈੱਡ ਪਾ ਕੇ ਫਿਰ ਉਹਦੇ 'ਤੇ ਚਲਾ ਸਕਦੇ ਹਾਂ। ਬੀਬੀਆਂ ਵੀ ਖੁਸ਼ ਰਹਿੰਦੀਆਂ ਆਪਣੇ, ਬੀਬੀਆਂ ਹਾਂਜੀ ਬੀਬੀਆਂ ਨੂੰ ਵੀ ਬਹੁਤ ਸੌਖ ਹੋਈ, ਵੇਖੋ ਨਾ ਕਿੰਨੇ ਫੈਸਿਲਿਟੀ ਮਿਲ ਗਈ ਹੈ ਵਧੀਆ। ਬਿਲਕੁਲ, ਇਹ ਸੰਗਤ ਦੇ ਵੱਲੋਂ ਹੀ ਇੱਥੇ ਆਧੁਨਿਕ ਮਸ਼ੀਨਾਂ ਨਾਲ ਲੰਗਰ ਤਿਆਰ ਕੀਤਾ ਜਾ ਰਿਹਾ, ਜਿਹੜੀ ਸੰਗਤ ਇੱਥੇ ਪਹੁੰਚੇਗੀ ਵਿਆਹ ਪੁਰਬ ਦੇ ਮੌਕੇ 'ਤੇ ਉਹਨਾਂ ਦੇ ਲਈ ਹੀ ਇਹ ਲੰਗਰ ਇੱਥੇ ਤਿਆਰ ਕੀਤਾ ਜਾ ਰਿਹਾ। ਬੀਬੀਆਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਭੈਣ ਜੀ ਕੀ ਕਹਿਣਾ ਚਾਹੋਗੇ, ਸੁੱਖ ਹੋ ਗਿਆ ਪ੍ਰਸ਼ਾਦੇ ਤਿਆਰ ਕਰਨ ਲਈ? ਹਾਂਜੀ ਬਹੁਤ ਜੀ ਬਹੁਤ, ਅੱਗੇ ਬੀਬੀਆਂ ਨੂੰ ਕਹਿਣਾ ਪੈਂਦਾ ਸੀ ਲੰਗਰ ਪਕਾਉਣ ਵਾਸਤੇ। ਹਾਂਜੀ ਕਿੰਨੀਆਂ 25-30-40 ਮਤਲਬ ਬੁੱਢੀਆਂ ਕਹਿਣਾ ਪੈਂਦਾ, ਹੁਣ ਬਹੁਤ ਮੌਜ ਹੋ ਗਈ। ਹਾਂਜੀ ਪ੍ਰਸ਼ਾਦੇ ਫਿਰ ਲਗਾਤਾਰ ਤਿਆਰ ਹੁੰਦੇ ਰਹਿੰਦੇ? ਹਾਂਜੀ ਹਾਂਜੀ, ਨਾਲੇ ਗਰਮ ਗਰਮ ਤਾਜ਼ੇ। ਹਾਂਜੀ ਬਹੁਤ ਸੋਹਣੇ, ਦੇਖੋ ਰੋਟੀ ਕਿੱਡੀ ਸੋਹਣੀ ਪੱਕ ਰਹੀ ਹੈ। ਬਿਲਕੁਲ, ਜਿੱਥੇ ਇਸ ਨਵੀਂ ਪੱਕਦੀ ਜਿੱਦਾਂ ਦੀ ਰੋਟੀ ਬਣ ਰਹੀ ਹੈ, ਬਿਲਕੁਲ ਕਹਿੰਦੇ ਨੇ ਕਿ ਇੱਦਾਂ ਦੀ ਹੱਥ ਨਾਲ ਵੀ ਨਹੀਂ ਪੱਕਦੀ ਜਿੱਦਾਂ ਦੀ ਇਸ ਮਸ਼ੀਨ 'ਚ ਤਿਆਰ ਹੋ ਰਹੀ ਹੈ। ਅਤੇ ਜੇ ਗੱਲ ਕੀਤੀ ਜਾਵੇ ਤਾਂ ਕਿਤਨਾ ਕਿਤੇ ਪ੍ਰਸ਼ਾਦਿਆਂ ਨੂੰ ਲੈ ਕੇ ਇਹ ਆਧੁਨਿਕ ਮਸ਼ੀਨਾਂ ਇੱਥੇ ਲਗਾਈਆਂ ਗਈਆਂ ਹਨ, ਜਿਨ੍ਹਾਂ ਦੇ ਵਿੱਚ ਪਹਿਲਾਂ ਆਟਾ ਗੁੰਨਿਆ ਜਾਂਦਾ ਹੈ, ਫਿਰ ਪੇੜੇ ਤਿਆਰ ਕੀਤੇ ਜਾਂਦੇ ਹਨ ਅਤੇ ਫਿਰ ਇਸ ਮਸ਼ੀਨ 'ਤੇ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਹਨ। ਬਟਾਲਾ ਦੇ ਵਿੱਚ ਇਹ ਲੰਗਰ ਸੰਗਤਾਂ ਵੱਲੋਂ ਲਗਾਇਆ ਗਿਆ, ਪਰ ਲੰਗਰ ਸਾਰਾ ਆਧੁਨਿਕ ਮਸ਼ੀਨਾਂ ਨਾਲ ਇੱਥੇ ਤਿਆਰ ਹੋ ਰਿਹਾ। ਭੈਣ ਜੀ ਕਿੰਨਾ ਕੁ ਸੁੱਖ ਹੋ ਗਿਆ ਅਤੇ ਕਿੰਨਾ ਕੁ ਮਜ਼ਾ ਵੀ ਆਉਂਦਾ ਇੱਥੇ ਰੋਟੀ ਬਣਾਉਣ ਦਾ? ਜੀ ਬਹੁਤ ਮਜ਼ਾ ਆਉਂਦਾ ਜੀ, ਸੁੱਖ ਹੋ ਗਿਆ ਬਹੁਤ ਜ਼ਿਆਦਾ। ਆਪਾਂ ਸੰਦ ਸਾਰੇ ਬਣਾ ਲਏ ਜੀ, ਸਾਡੀ ਪੇੜਿਆਂ ਵਾਲੀ ਮਸ਼ੀਨ, ਆਟਾ ਗੁੰਨਣ ਵਾਲੀ, ਫਿਰ ਪੇੜਿਆਂ ਵਾਲੀ ਮਸ਼ੀਨ ਵੀ ਆ ਗਈ ਅਤੇ ਫੁਲਕੇ ਲਾਉਣ ਵਾਲੀ ਵੀ ਆ ਗਈ। ਬਹੁਤ ਜ਼ਿਆਦਾ ਸੌਖ ਹੋ ਗਿਆ ਸਾਨੂੰ। ਰੋਟੀ ਵੀ ਕਹਿੰਦੇ ਬੜੀ ਵਧੀਆ ਬਣਾ ਜੀ, ਬਹੁਤ ਵਧੀਆ ਸਵਾਦ ਰੋਟੀ, ਬਹੁਤ ਖਾਣ 'ਚ ਬਹੁਤ ਸਵਾਦ ਜੀ। ਬਿਲਕੁਲ, ਇਹ ਲੰਗਰ ਜਿਹੜਾ ਹੈ ਜਲੰਧਰ ਰੋਡ 'ਤੇ ਬਟਾਲਾ ਦੇ ਅੰਦਰ ਸੰਗਤਾਂ ਵੱਲੋਂ ਵਿਆਹ ਪੁਰਬ 'ਤੇ ਪਹੁੰਚਣ ਵਾਲੀਆਂ ਸੰਗਤਾਂ ਦੇ ਲਈ ਤਿਆਰ ਕੀਤਾ ਜਾ ਰਿਹਾ, ਪਰ ਆਧੁਨਿਕ ਮਸ਼ੀਨਾਂ ਦੇ ਨਾਲ ਤਿਆਰ ਕੀਤਾ ਜਾ ਰਿਹਾ, ਜਿੱਥੇ ਆਟਾ ਗੁੰਨਣ ਵਾਲੀ ਮਸ਼ੀਨ ਲੱਗੀ ਹੋਈ ਹੈ, ਪੇੜੇ ਤਿਆਰ ਕਰਨ ਵਾਲੀ ਮਸ਼ੀਨ ਲੱਗੀ ਹੋਈ ਹੈ, ਪ੍ਰਸ਼ਾਦੇ ਤਿਆਰ ਕਰਨ ਵਾਲੀ ਮਸ਼ੀਨ ਲੱਗੀ ਹੋਈ ਹੈ, ਉੱਥੇ ਹੀ ਸ਼ਰਦਾਈ ਬਣਾਉਣ ਵਾਲੀ ਵੀ ਮਸ਼ੀਨ ਲੱਗੀ ਹੋਈ ਹੈ। ਦੂਸਰੇ ਪਾਸੇ ਤੁਹਾਨੂੰ ਤਸਵੀਰ ਮੈਂ ਦਿਖਾ ਦਿਆਂ, ਤੁਸੀਂ ਦੇਖ ਸਕਦੇ ਹੋ ਕਿ ਇਹ ਮਸ਼ੀਨ 'ਚ ਗੁੱਝੇ ਆਟੇ ਦੇ ਪੇੜੇ ਤਿਆਰ ਕੀਤੇ ਜਾ ਰਹੇ ਹਨ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲਗਾਤਾਰ ਹੀ ਇਹ ਮਸ਼ੀਨ ਪੇੜੇ ਤਿਆਰ ਕਰਦੀ ਜਾ ਰਹੀ ਹੈ, ਅਤੇ ਉਸ ਤੋਂ ਬਾਅਦ ਇਹ ਪੇੜੇ ਉਸ ਦੂਸਰੀ ਮਸ਼ੀਨ ਦੇ ਵਿੱਚ ਪ੍ਰਸ਼ਾਦੇ ਤਿਆਰ ਕਰਨ ਦੇ ਲਈ ਭੇਜੇ ਜਾਂਦੇ ਹਨ। ਅਤੇ ਇਹ ਮਸ਼ੀਨ ਤੁਸੀਂ ਦੇਖ ਸਕਦੇ ਹੋ ਕਿ ਆਟਾ ਗੁੰਨਣ ਵਾਸਤੇ ਲਗਾਈ ਗਈ ਹੈ, ਜਿਹਦੇ ਵਿੱਚ ਆਟਾ ਪਾ ਕੇ ਆਟਾ ਗੁੰਨਿਆ ਜਾਂਦਾ ਹੈ। ਤਾਂ ਇਹ ਲੰਗਰ ਜਿਹੜਾ ਹੈ ਇੱਥੇ ਜ਼ਰੂਰ ਤਿਆਰ ਕੀਤਾ ਜਾ ਰਿਹਾ ਸੰਗਤਾਂ ਦੇ ਲਈ, ਪਰ ਇਸ ਲੰਗਰ ਦੀ ਖਾਸੀਅਤ ਇਹ ਹੈ ਕਿ ਇਹ ਲੰਗਰ ਆਧੁਨਿਕ ਮਸ਼ੀਨਾਂ ਦੇ ਨਾਲ ਇੱਥੇ ਸੰਗਤਾਂ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ। ਆਧੁਨਿਕ ਯੁੱਗ ਹੋ ਚੁੱਕਾ ਹੈ, ਆਧੁਨਿਕ ਲੋਕ ਹੋ ਚੁੱਕੇ ਹਨ, ਅਤੇ ਹੁਣ ਲੰਗਰ ਵੀ ਆਧੁਨਿਕ ਤਰੀਕੇ ਦੇ ਨਾਲ ਮਸ਼ੀਨਾਂ ਰਾਹੀਂ ਤਿਆਰ ਕੀਤਾ ਜਾ ਰਿਹਾ, ਜਿਹਦੇ ਵਿੱਚ ਸਮੇਂ ਦੀ ਬੱਚਤ ਵੀ ਹੁੰਦੀ ਹੈ ਅਤੇ ਸੰਗਤਾਂ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਭੋਪਾਲ ਸਿੰਘ, ਲਿਵਿੰਗ ਇੰਡੀਆ ਨਿਊਜ਼, ਬਟਾਲਾ।